ਸੋ ਸਾਰੀਆਂ ਹੀ ਸੰਗਤਾਂ ਨੂੰ ਜੈ ਮਾਤਾ ਦੀ ਜੀ। ਸੋ ਅੱਜ ਅਸੀਂ ਪਹੁੰਚੇ ਜੀ ਜ਼ਿਲ੍ਹਾ ਤਰਨ ਤਾਰਨ ਦੇ ਸਰਹੱਦੀ ਕਸਬਾ ਪਿੰਡ ਡੱਲ ਵਿਖੇ, ਜਿੱਥੇ ਕਿ ਦੇਖਣ ਨੂੰ ਮਿਲਿਆ ਅੱਜ ਅਸੀਂ ਪਹੁੰਚੇ ਹਾਂ ਜਿੱਥੇ ਕਿ ਸ਼੍ਰੀ ਸ਼੍ਰੀ 1008 ਮਹਾਮੰਡਲੇਸ਼ਵਰ ਡੱਲ ਵਾਲੇ ਗੁਰੂ ਮਹਾਰਾਜ ਜੀ, ਜਿਸ ਸਥਾਨ 'ਤੇ ਉਹਨਾਂ ਦਾ ਜਨਮ ਹੋਇਆ। ਅੱਜ ਸਾਡੀ ਪੱਤਰਕਾਰਾਂ ਦੀ ਪੂਰੀ ਟੀਮ ਹੈ ਜ਼ਿਲ੍ਹਾ ਤਰਨ ਤਾਰਨ ਦੇ ਸਰਹੱਦੀ ਕਸਬੇ ਦੇ ਨਾਲ ਲੱਗਦੇ ਇਤਿਹਾਸਕ ਪਿੰਡ ਡੱਲ ਵਿਖੇ ਉਸ ਪਵਿੱਤਰ ਸਥਾਨ 'ਤੇ ਪਹੁੰਚੇ ਜਿੱਥੇ ਜਨਮ ਹੋਇਆ ਸੀ ਪਰਮ ਪੂਜੀਏ ਸ਼੍ਰੀ ਸ਼੍ਰੀ 1008 ਮਹਾਮੰਡਲੇਸ਼ਵਰ ਡੱਲ ਵਾਲੇ ਗੁਰੂ ਮਹਾਰਾਜ ਜੀ ਦਾ। ਇਹ ਉਹੀ ਪਵਿੱਤਰ ਜਨਮ ਸਥਾਨ ਨੂੰ ਪਵਿੱਤਰ ਰੂਪ ਵਿੱਚ ਤਿਆਰ ਕਰਨ ਲਈ ਅੱਜ ਡੱਲ ਵਾਲੇ ਗੁਰੂ ਮਹਾਰਾਜ ਜੀ ਸੰਗਤਾਂ ਸਮੇਤ ਪਹੁੰਚੇ ਆਪਣੇ ਜਨਮ ਸਥਾਨ ਵਾਲੇ ਪੁਰਾਣੇ ਘਰ ਵਿਖੇ। ਇਸ ਮੌਕੇ ਕੀ ਕਹਿਣਾ ਹੈ ਡੱਲ ਵਾਲੇ ਗੁਰੂ ਮਹਾਰਾਜ ਜੀ ਦਾ, ਦੇਖੋ ਪੂਰੀ ਖਬਰ ਹੈ ਸਾਡੇ ਚੈਨਲ ਤੇ। ਬੋਲ ਸੱਚੇ ਦਰਬਾਰ ਕੀ ਜੈ। ਸਭ ਸੰਗਤਾਂ ਨੂੰ ਦੱਸਿਆ ਜਾਂਦਾ ਹੈ ਕਿ ਇਸ ਜਗ੍ਹਾ ਤੇ ਖੜੇ ਆ, ਇਹ ਜਗ੍ਹਾ ਜਨਮ ਸਥਾਨ ਹੈ, ਇੱਥੇ ਹੀ ਬਚਪਨ ਬਿਤਾਇਆ ਹੈ ਤੇ 7 ਸਾਲ ਮਾਨ ਜੀ ਦੀ ਕਿਰਪਾ ਹੋਣ ਤੋਂ ਬਾਅਦ ਇੱਥੇ ਹੀ ਮੰਦਰ ਬਣਾ ਕੇ ਉਸਦੀ ਭਗਤੀ ਜੋ ਵੀ ਉਸਦੀ ਹੁਕਮ ਦੇ ਨਾਲ ਇਸ ਜਗ੍ਹਾ ਦੇ ਵਿੱਚ ਹੋਈ ਆ। ਸੋ ਅੱਜ ਉਸਦੀ ਰਹਿਮਤ ਹੋਈ ਕਿ ਸਾਰੇ ਇਹ ਨਗਰੀ ਵਾਲੇ ਸਾਰੇ ਹੀ ਇਹਨਾਂ ਨੇ ਖਿੱਚ ਕੀਤੀ ਹੈ ਕਿ ਇੱਥੇ ਜਗ੍ਹਾ ਬਣਾਓ, ਜੋ ਜਨਮ ਸਥਾਨ ਹੈ ਇਸਦਾ ਨਾਮ ਹੋਣਾ ਚਾਹੀਦਾ, ਸਭ ਨੂੰ ਪਤਾ ਲੱਗੇ ਕਿ ਇਹ ਜਨਮ ਸਥਾਨ ਹੈ, ਇੱਥੇ 7-8 ਸਾਲ ਜੋ ਤਪੱਸਿਆ ਹੋਈ ਹੈ। ਇਸ ਵਾਸਤੇ ਅੱਜ ਇਸ ਜਗ੍ਹਾ ਦੇ ਵਿੱਚ ਵੇਖਣ ਵਾਸਤੇ ਆਏ ਹਾਂ। ਅੱਗੇ ਜੋ ਉਸ ਭਗਵਤੀ ਮਾਂ ਦਾ, ਭੋਲੇ ਪਿਤਾ ਦਾ ਹੁਕਮ ਹੋਏਗਾ, ਉਸ ਦੇ ਮੁਤਾਬਕ ਹੀ ਇਹ ਜਗ੍ਹਾ ਨੇ ਤਿਆਰ ਹੋਣਾ ਹੈ। ਉਸਦੇ ਹੁਕਮ ਬਿਨਾਂ ਕੁਛ ਨਹੀਂ ਹੋ ਸਕਦਾ। ਜਦ ਵੀ ਉਸਦਾ ਹੁਕਮ ਹੋਇਆ ਤਾਂ ਇਹ ਜਗ੍ਹਾ ਥੋੜ੍ਹੇ ਟਾਈਮ ਦੇ ਵਿੱਚ ਹੀ ਤਿਆਰ ਹੋ ਜਾਏ। ਬੋਲ ਸੱਚੇ ਦਰਬਾਰ ਕੀ ਜੈ। ਬੋਲ ਸੱਚੇ ਦਰਬਾਰ ਕੀ ਜੈ। ਜੈਕਾਰਾ ਵੈਸ਼ਨੋ ਮਾਈ ਜੀ ਦਾ। ਬੋਲ ਸੱਚੇ ਦਰਬਾਰ ਕੀ ਜੈ। ਜੈਕਾਰਾ ਡੱਲ ਵਾਲੇ ਗੁਰੂ ਮਹਾਰਾਜ ਜੀ ਦਾ। ਬੋਲ ਸੱਚੇ ਦਰਬਾਰ ਕੀ ਜੈ।